ਅੰਮ੍ਰਿਤਸਰ 'ਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਅੰਮ੍ਰਿਤਸਰ ਸਥਿਤ ਭਾਈ ਮੰਝ ਸਿੰਘ ਰੋਡ 'ਤੇ ਭਰਾਵਾਂ ਭਰਾਵਾਂ ਦੀ ਆਪਸ ਵਿੱਚ ਲੜਾਈ ਹੋ ਗਈ ਅਤੇ ਗੋਲੀਆਂ ਚੱਲ ਗਈਆਂ। ਜਾਣਕਾਰੀ ਅਨੁਸਾਰ ਇੱਥੇ ਛੋਟੇ ਬੱਚੇ ਕ੍ਰਿਕਟ ਖੇਡ ਰਹੇ ਸੀ ਅਤੇ ਕ੍ਰਿਕਟ ਖੇਡਦੇ ਖੇਡਦੇ ਬੱਚੇ ਆਪਸ ਵਿੱਚ ਝਗੜ ਪਏ ਅਤੇ ਝਗੜਾ ਦੇਖਦੇ ਦੇਖਦੇ ਪਰਿਵਾਰ ਦੇ ਵੱਡਿਆਂ ਤੱਕ ਪਹੁੰਚ ਗਿਆ ਅਤੇ ਮਾਹੌਲ ਉਸ ਵੇਲੇ ਹੋਰ ਤਣਾਅਪੂਰਨ ਹੋ ਗਿਆ ਜਦੋਂ ਝਗੜੇ ਦੌਰਾਨ ਗੋਲੀਆਂ ਚੱਲ ਪਈਆਂ, ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਇੱਕ ਮੁੰਡੇ ਬੱਚੇ ਕ੍ਰਿਕਟ ਖੇਡਣ ਦੇ ਗਲੀ ਦੇ ਵਿੱਚ ਅਤੇ ਕੀ ਉਹਨਾਂ ਨੇ ਇਸੇ ਤੋਂ ਹੀ ਆਣ ਕੇ ਅਤੇ ਮੇਰੇ ਭਰਾ ਦਾ ਹੀ ਮੁੰਡਾ ਜੀ, ਉਹਨੇ ਫੜ ਕੇ ਇਹਨਾਂ ਦੀ ਗੇਂਦ ਗੰਧ ਚੁੱਕ ਲਈ ਅਤੇ ਇਹਨਾਂ ਨੂੰ ਫੜ ਕੇ ਕੁੱਟਣ ਲੱਗ ਪਿਆ। ਜਦੋਂ ਕੁੱਟ ਕੱਟ ਕੇ ਗਿਆ ਅਤੇ ਮੁੜ ਕੇ ਕੀ ਕਹਿੰਦਾ, ਮੈਂ ਗਿਆ ਇਹਦਾ ਮੋਬਾਈਲ ਖੋਲਿਆ, ਜਦੋਂ ਮੈਂ ਗਿਆ ਵੀ ਮੈਂ ਕਿਹਾ ਇਹਦਾ ਮੋਬਾਈਲ ਦੇ ਦੇ ਮੁੰਡੇ ਦਾ ਵੀ ਨਾ ਇਸ ਤਰ੍ਹਾਂ ਕਰ, ਅਤੇ ਫੜ ਕੇ ਅੰਦਰੋਂ ਲਿਆਉਣ ਕੇ ਅਤੇ ਰਾਈਫਲ ਕੱਢ ਕੇ ਭਰਾ ਮੇਰੇ ਨੇ ਭਤੀਜੇ ਨੂੰ ਫੜਾਈ ਵੀ ਇਹਨਾਂ ਨੂੰ ਜਾਨ ਨਾ ਦੇਈ, ਅਤੇ ਮੇਰੇ ਦੋਵਾਂ ਮੁੰਡਿਆਂ ਦੇ ਅਤੇ ਘਰ ਦੀ ਦੇ ਸਿੱਧੇ ਫਾਇਰ ਮਾਰ ਕੇ ਅਤੇ ਗੋਲੀਆਂ ਮਾਰਤੀਆਂ ਸਾਰਿਆਂ ਨੇ ਮੇਰੇ ਦੋਵਾਂ ਮੁੰਡਿਆਂ ਦੇ। ਇੱਕ ਬੱਚਾ ਮੇਰਾ ਇਹ 17 ਸਾਲਾਂ ਦਾ, ਛੋਟਾ ਬੱਚਾ ਮੇਰਾ 16 ਸਾਲਾਂ ਦਾ, 14 ਸਾਲਾਂ ਦਾ ਵਾ, ਅਤੇ ਇਹ ਘਰ ਦੀ ਮੇਰੀ ਦੇ ਢਿੱਡ 'ਚ ਗੋਲੀਆਂ। ਅਤੇ ਇੱਕ ਸਾਡਾ ਗੁਆਂਢੀ ਆ ਜਿਹੜਾ ਵਿਚਾਰਾ ਉੱਥੇ ਹੀ, ਉਹਦੇ ਵੀ ਨਲਾਂ ਦੇ ਵਿੱਚ ਆ ਅਤੇ ਛਾਤੀ 'ਤੇ ਆ। ਭਾਅ ਜੀ ਜਿਹੜਾ CCTV ਦੇ ਵਿੱਚ ਆਇਆ ਨਾ, ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਕੀ ਹੋਇਆ ਕਿ ਮੈਂ ਉਹਨੂੰ ਕਿਹਾ ਵੀ ਆਹ ਜਦੋਂ ਉਹਨਾਂ ਨੇ ਮੈਨੂੰ ਪਹਿਲਾਂ ਮੈਂ ਗਿਆ, CCTV ਸਾਰੀ ਵੇਖੋ ਤੁਸੀਂ, ਪਹਿਲਾਂ ਮੈਂ ਗਿਆ, ਮੈਂ ਜਾ ਕੇ ਉਹਨੂੰ ਆਖਿਆ ਵੀ ਆਹ ਭਾਅ ਜੀ ਮੇਰੇ ਬੱਚੇ ਦੇ, ਤੁਸੀਂ ਤੁਹਾਡੇ ਬੱਚੇ ਨੇ ਮੇਰਾ ਮੋਬਾਈਲ ਮੁੰਡੇ ਦਾ ਖੋਲਿਆ, ਉਹਦੀ ਗੇਂਦ ਖੋਲੀ ਆ, ਉਹ ਦੇ ਦਿਓ। ਇਹ ਨਹੀਂ ਮੰਨੇ, ਮੁੜ ਕੇ ਮੇਰਾ ਮੁੰਡਾ ਕਹਿੰਦਾ ਵੀ ਨਹੀਂ ਇਹਨੇ ਮੇਰਾ, ਮੈਂ ਕਿਹਾ ਤੂੰ ਝੂਠ ਮਾਰਦਾ ਕਿ ਤੇਰਾ ਮੋਬਾਈਲ ਇਹਦੇ ਕੋਲੋਂ ਹੈਗਾ ਕਿ ਜਾਂ ਨਹੀਂ ਹੈਗਾ। ਇਹਦੀ 17 ਸਾਲਾਂ ਦੀ ਹੈ ਜੀ, ਉਹਦੀ 15 ਸਾਲ ਦੀ। ਮੈਂ ਤਾਂ ਪ੍ਰਸ਼ਾਸਨ ਕੋਲ ਮੰਗ ਕਰਦਾ ਵੀ ਭਾਅ ਜੀ ਇਹਨਾਂ ਨੂੰ ਨੱਥ ਪਾਈ ਜਾਵੇ, ਜਿਹੜੇ ਇਹੋ ਜਿਹੇ ਅੰਦਰ ਆਪਣੇ ਅੰਦਰ ਅਸਲਾ ਜਿਹੜਾ ਨਜਾਇਜ਼ ਅਸਲਾ ਰੱਖੀ ਫਿਰਦੇ ਆ ਨਾ ਜਿਹੜੇ, ਇਹਨਾਂ ਨੂੰ ਪੂਰੀ ਨੱਥ ਪਾਈ ਜਾਵੇ। ਬੰਦਾ ਕੋਈ ਰੈਸਟ ਨਹੀਂ ਹੋਇਆ ਜੀ, ਹਲੇ ਸਭ ਪਾਪਾ ਆਪਣੇ ਘਰੋਂ ਭੱਜ ਗਏ, ਉਹਨਾਂ ਦੀ ਮਾਂ ਭੱਜ ਗਈ ਆ ਜੀ, ਵੱਲੋਂ ਦੋਵੇਂ ਜਿਹੜੇ ਮੁੰਡੇ ਉਹ ਵੀ ਭੱਜ ਗਏ, ਉਹਨਾਂ ਦਾ ਪਿਓ ਵੀ ਭੱਜ ਗਿਆ, ਉਹ ਰਿਟਾਇਰ ਫੌਜੀ ਆ, ਇੱਕ ਇਹਨਾਂ ਦਾ ਮਾਮਾ ਹੈਗਾ ਉਹਦੀ ਸ਼ਾਇਦ ਇਹ ਸਾਰਾ ਕੁਝ ਕਰ ਦਿੰਦੇ ਆ। ਬੱਚਿਆਂ ਦੀ ਕੰਡੀਸ਼ਨ ਭਾਅ ਜੀ ਮੇਰੇ ਛੋਟੇ ਮੁੰਡੇ ਦੀ ਤਾਂ ਕੰਡੀਸ਼ਨ ਥੋੜ੍ਹੀ ਖਰਾਬ ਆ, ਅਤੇ ਇਹਦੀਆਂ ਲੱਤਾਂ ਦੇ ਵਿੱਚ ਹੀ ਆ, ਅਤੇ ਘਰ ਦੀ ਮੇਰੀ ਦੇ ਇੱਕ ਪੇਟ ਦੇ ਵਿੱਚ ਆ ਅਤੇ ਇੱਕ ਲੱਤ ਦੇ ਵਿੱਚ ਆ। ਸ਼ਰਾ ਜੀ ਚੌਂਕੀ ਕੋਟਮੇਤ ਸਿੰਘ ਦੇ ਏਰੀਏ ਵਿੱਚ ਮਾਤਾ ਗੰਗਾ ਜੀ ਨਗਰ ਭਾਈ ਮੰਝ ਸਿੰਘ ਰੋਡ, ਦੋ ਭਰਾ ਰਹਿੰਦੇ ਨੇ ਜੋਗਿੰਦਰਪਾਲ ਸਿੰਘ ਅਤੇ ਕੁਲਦੀਪ ਸਿੰਘ, ਇਹਨਾਂ ਦੇ ਬੱਚੇ ਗਲੀ ਦੇ ਵਿੱਚ ਕ੍ਰਿਕਟ ਖੇਡਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ, ਉਹ ਬੱਚੇ ਦਾ ਝਗੜਾ ਮੁੜ ਕੇ ਵੱਡਿਆਂ 'ਚ ਆ ਗਿਆ, ਅਤੇ ਇਹ ਜਿਹੜਾ ਕੁਲਦੀਪ ਸਿੰਘ ਆ ਇਹਦੇ ਬੇਟੇ ਰਾਜੇ ਨੇ ਦਰਨਾਲੀ ਰਾਈਫਲ ਦੇ ਨਾਲ ਇੱਕ ਫਾਇਰ ਕੀਤਾ, ਅਤੇ ਉਹ ਜਿਹੜਾ ਵਾ ਜੋਗਿੰਦਰਪਾਲ ਸਿੰਘ ਦੇ ਬੇਟੇ ਸੁਰਿੰਦਰਪਾਲ ਸਿੰਘ ਅਤੇ ਜਸਵਿੰਦਰਪਾਲ ਸਿੰਘ ਦੇ ਉਹਦੇ ਸ਼ਰੇ ਗਨਸ਼ੋਟ ਲੱਗੇ ਆ, ਇੱਕ ਨੇਬਰ ਸੀ ਗਵਾਂਢੀ ਉਹਦੇ ਵੀ ਸ਼ਰੇ ਲੱਗੇ ਆ ਇਹ, ਅਤੇ ਕੁਲਦੀਪ ਦੀ ਜੋਗਿੰਦਰਪਾਲ ਸਿੰਘ ਜਿਹੜੇ ਇਹਨਾਂ ਦੀ ਵਾਈਫ ਉਹਦੇ ਵੀ ਇੱਕ ਦੋ ਸ਼ਰੇ ਲੱਗੇ ਆ, ਅਤੇ ਇਹ ਫਿਲਹਾਲ ਅਜੇ ਗੁਰੂ ਨਾਨਕ ਹੋਸਪਿਟਲ ਦਾਖਲ ਨੇ, ਅਤੇ ਜਿਹੜਾ ਕੁਲਦੀਪ ਸਿੰਘ ਆ ਇਹਦੇ ਬੇਟੇ ਦੇ ਖਿਲਾਫ਼ ਅਸੀਂ ਜੋਗਿੰਦਰਪਾਲ ਸਿੰਘ ਦੇ ਬਿਆਨਾਂ ਦੇ ਉੱਤੇ 307/34/25/27 ਆਰਮਜ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ ਹੈ। ਅਤੇ ਬੰਦੇ ਅਰੈਸਟ ਹੋ ਗਏ ਜੀ? ਨਹੀਂ, ਬੰਦਿਆਂ ਬਾਰੇ ਅਸੀਂ ਹੁਣ ਟੀਮਾਂ ਭੇਜੀਆਂ ਨੇ ਅਤੇ ਉਹ ਅਜੇ ਤੱਕ ਅਰੈਸਟ ਕੋਈ ਨਹੀਂ ਹੋਇਆ ਜੀ, ਛੇਤੀ ਕਰ ਲਵਾਂਗੇ। ਕੋਈ CCTV ਆਇਆ ਜੀ ਸਾਹਮਣੇ? CCTV ਬਾਰੇ ਅਜੇ ਕੁਛ ਨਹੀਂ ਕਹਿ ਸਕਦੇ, ਉਹ ਅਸੀਂ ਚੈੱਕ ਕਰ ਰਹੇ ਹਾਂ। ਫਿਲਹਾਲ ਕਿਸੇ ਨੂੰ ਗੋਲੀ ਤਾਂ ਨਹੀਂ ਲੱਗੀ, ਪਰ ਗੋਲੀ ਦੇ ਸ਼ਰੇ ਜ਼ਰੂਰ ਲੱਗੇ ਹਨ। ਪਰ ਅਜਿਹੀਆਂ ਘਟਨਾਵਾਂ ਵਾਪਰਨੀਆਂ ਸਮਾਜ ਦੀ ਦੁਰਦਸ਼ਾ ਨੂੰ ਦਰਸਾਉਂਦੀਆਂ ਹਨ, ਜਿੱਥੇ ਇੱਕ ਦੂਜੇ ਨੂੰ ਸਹਿਣ ਕਰਨ ਦਾ ਵੀ ਅੱਜ ਕੱਲ੍ਹ ਮਾਦਾ ਲੋਕਾਂ ਵਿੱਚ ਨਹੀਂ ਬਚਿਆ ਕਿ ਭਰਾ ਭਰਾ ਵੀ ਇਸ ਤਰ੍ਹਾਂ ਇੱਕ ਦੂਜੇ ਦੀ ਜਾਨ ਲੈਣ ਨੂੰ ਤੁਲੇ ਹੋਏ ਹਨ।
ਦੂਜਾ, ਅਜਿਹੀਆਂ ਘਟਨਾਵਾਂ ਉਹਨਾਂ ਬੱਚਿਆਂ 'ਤੇ ਕੀ ਅਸਰ ਕਰਨਗੀਆਂ ਜਿਨ੍ਹਾਂ ਦੇ ਪਿਓ ਇਸ ਤਰ੍ਹਾਂ ਦੀਆਂ ਲੜਾਈਆਂ ਵਿੱਚ ਇੱਕ ਦੂਜੇ ਦੇ ਜਾਨ ਦੇ ਵੈਰੀ ਬਣ ਗਏ ਹੋਣਗੇ।